ਤੁਸੀਂ ਇਹ ਕਹਿੰਦੇ ਆ ਕਿਸੇ ਅੰਤਰੇ ਨੇ ਨਾ ਮੈਨੂੰ 1000 ਦਾ ਜੇਲ ਹੀ ਦਿੱਤਾ ਆ ਆ ਵੇਖ ਆ ਮੈਨੂੰ ਜੇਲ ਹੀ ਨੋਟ ਕਿਸੇ ਨੇ ਦਿੱਤਾ ਉਹ ਬੈਂਕ ਵਾਲਾ ਮੈਨੂੰ ਆਉਂਦਾ ਹੈ ਕਿ ਆ ਜੇਲ ਹੀ ਹੈ ਅੱਲਾ ਕੋਈ ਹਾਲ ਹੈ ਉਹ ਮੈਂ ਤੁਹਾਡੇ ਇਸ ਇਲਾਕੇ 'ਚ ਨਾ ਇੱਥੇ ਲਾਗੇ ਕੋਈ ਏਰੀਆ ਮੈਂ ਦੱਸਣਾ ਨਹੀਂ ਮੈਨੂੰ ਆਉਂਦਾ ਬੜੀ ਗੱਲ ਹੈ ਇਹ ਤੁਹਾਡੀਆਂ ਦੋ ਧੀਆਂ ਨੇ ਅਤੇ ਤੁਸੀਂ ਦੋ ਸੂਟਾਂ ਦੇ ਉਹਦੇ ਪੈਸੇ ਆਹ ਤੁਹਾਡੇ ਜਲਸੇ ਦੇ ਮੈਂ ਚੈੱਕ ਕਰ ਦਿੱਤਾ ਤੁਹਾਨੂੰ ਲੈ ਜਾਓ ਮੇਰਾ ਡਰਾਈਵਰ ਆਉਂਦਾ ਇਹਨੂੰ ਚੈੱਕ ਫੜਾ ਦਿਓ ਇਹਨੂੰ ਕਹਿ ਸਾਨੂੰ ਨਗਦ ਹੀ ਦੇ ਦੇ ਕਾਰੀ ਸਾਹਿਬ ਉਹ ਰਾਣਾ ਡਰਾਈਵਰ ਹੁੰਦਾ ਸੀ ਉਹ ਮੈਨੂੰ ਆਉਂਦਾ ਵੀ ਚੈੱਕ ਇਹਨੂੰ ਕਹਿ ਆਪਣੇ ਕੋਲ ਰੱਖ ਸਾਨੂੰ ਪੈਸੇ ਫੜਾ ਨਾ ਲੈਂਦੇ ਭੁੱਲੀਏ ਨਾ ਦਿੰਦੇ ਭੁੱਲੀਏ ਉਹ ਮੈਂ ਆਖਾਂ ਨਹੀਂ ਇਹ ਬੰਦਾ ਅੱਛਾ ਨਹੀਂ ਲੱਗਦਾ ਉਹ ਹਾਜੀ ਬੰਦਾ ਹੈ ਉਹਨੇ ਕਿਹਾ ਵੀ ਮੈਂ ਬਾਹਰੋਂ ਆਇਆ ਅਤੇ ਮੈਂ ਆਖਾਂ ਚੱਲ ਕੋਈ ਨਹੀਂ ਉਹ ਨਾ ਆਉਂਦਾ ਤੁਹਾਡੇ ਲਈ ਰਾਡੋ ਘੜੀ ਵੀ ਲਿਆਉਣੀ ਮੈਂ ਚੱਲ ਯਾਰ ਅੱਲਾ ਰਾਡੋ ਘੜੀ ਕਲਾ ਦੂੰ ਉਹ ਲਾਲਚ ਬੁਰੀ ਬਲਾ ਹੁੰਦੀ ਹੈ ਸਿਆਪਾ ਕਹਿੰਦਾ ਨਾ ਲਾਲਚੀ ਜਿਉਂਦਾ ਵੇ ਠੱਗ ਭੁੱਖਾ ਨਹੀਂ ਮਰਦਾ ਉਹਨੇ ਨਾ ਮੈਨੂੰ ਚੈੱਕ ਕੱਟ ਕੇ ਦੇ ਦਿੱਤਾ ਆ ਮੇਰੀ ਜੇਬ 'ਚ ਹੈਗਾ ਇੱਥੇ ਮੈਂ ਵਿਖਾ ਸਕਦਾ ਉਹ ਮੈਂ ਰੱਖਿਆ ਹੀ ਜੇਬ 'ਚ ਵੀ ਕਿਸੇ ਪਿੰਡ ਟੱਕਰ ਹੀ ਜਾਊ ਉਹ ਮੈਂ ਰੱਖਿਆ ਜੇਬ 'ਚ ਹੀ ਹੈ ਉਹ ਨਾ ਚੈੱਕ ਮੈਨੂੰ ਦੇ ਦਿੱਤਾ ਸਵੇਰੇ ਸੀ ਕਾਰੀ ਸਾਹਿਬ ਤਵਾਰ ਮੈਂ ਚੱਲ ਪੀਰ ਨੂੰ ਹੋਜੂ ਉਹ ਅੱਜ ਤੱਕ ਪੀਰ ਆਇਆ ਹੀ ਨਹੀਂ ਅੱਜ ਤੱਕ ਸਵਾਰ ਨਹੀਂ ਆਇਆ ਜਿੱਦਣ ਕੈਸ਼ ਹੋਣਾ ਉਹ ਮੈਂ ਉਹਦੇ ਪਿੰਡ ਜਾ ਵੱਜਾਂ ਮੈਂ ਕਿਹਾ ਤੈਨੂੰ ਹੁਣ ਮੈਂ ਪੂਰੇ ਦੇ ਘਰ ਤੱਕ ਬਚਾਊ ਮੈਂ ਉਹਦੇ ਪਿੰਡ 'ਚ ਉਹਨਾਂ ਆਖਿਆ ਮੌਲਵੀ ਜੀ ਸ਼ੁਕਰ ਕਰੋ ਤੁਹਾਨੂੰ ਤਾਂ ਚੈੱਕ ਜੇਲ੍ਹ ਹੀ ਦਿੱਤਾ ਨਾ ਇਹਨੇ ਇੱਕ ਮੌਲਵੀ ਕੋਲੋਂ ਪੈਸੇ ਲੈ ਲਏ ਨੇ ਕੰਮ ਵਾਸਤੇ ਉਹ ਵਿਚਾਰਾ ਮਗਰ ਮਗਰ ਹੁੰਦਾ ਫਿਰਦਾ ਇਹ ਹਾਲਾਤ ਨੇ ਮੈਂ ਤੁਹਾਨੂੰ ਵੀ ਸਮਝਾਉਂਦਾ ਹੈ ਕਿ ਕਿੰਨੇ ਬੰਦੇ ਬੈਠੇ ਹੋ ਤੁਹਾਡੇ ਵੱਡੇ ਪਤਾ ਕਿੰਨੇ ਹੀ ਮਾਣ